दैनिक सवेरा अंधेरे से उजाले की ओर। किडनी कांड में गिरफ्तार नेशनल किडनी अस्पताल की कोऑर्डिनेटर साधना उर्फ नीना ने पेशी के दौरान ये कहकर धमाका कर दिया कि पुलिस कस्टडी के दौरान डॉक्टर राजेश अग्रवाल के दो करिंदे उसे धमका कर गए थे कि अगर उसने डॉक्टर का नाम लिया तो गंभीर परिणाम भुगतने पड़ेंगे। कि किशनपुरा निवासी साधना उर्फ नीना को गत दिवस पेशी पर लाया गया तो वह अपने साथ अपने हाथों से लिखकर एक पत्र लाई थी जिसमें उसने खुद को बेकसूर बताया है। ਅਗਰ ਤੂੰ ਸਾਡੀ ਗੱਲ ਨਹੀਂ ਮੰਨੀ ਤਾਂ ਮੰਨੀ ਦਾ ਤੇਰਾ ਹੀ ਮਿਆਂਕ ਮੁੰਡੇ ਨੂੰ ਬਾਰ-ਬਾਰ ਕੱਢਿਆ ਉਹ ਚੌਂਕੀ ਦੇ ਵਿੱਚ ਹੀ ਹਾਂਜੀ ਦੋ ਬੰਦੇ ਆਉਂਦੇ ਲੰਬੇ ਸੀਗੇ ਦੋ ਇੱਕ ਗੰਜਾ ਆਈ ਮੈਨੂੰ ਵੀ ਦੋ ਦੀ ਮੈਂ ਵੀ ਦੇਖੇ ਚਿੱਠੀ ਲਿਖੇ ਭੇਜੀ ਆ ਜੇਲ੍ਹ ਚੋਂ ਕਿ ਉਹਦਾ ਮੁੰਡਾ ਕਿਡਨੈਪ ਕਰਨ ਦੀ ਧਮਕੀ ਦਿੱਤੀ ਗਈ ਹੈ ਡਾਕਟਰ ਨੇ ਬੰਦੇ ਦੋ ਭੇਜੇ ਸੀਗੇ ਜਦੋਂ ਰਿਮਾਂਡ 'ਤੇ ਸੀਗੀ ਪੁਲਿਸ ਰਿਮਾਂਡ 'ਤੇ ਇੱਕ ਬੰਦਾ ਵਿਸ਼ਾਲ ਸੀਗਾ ਉਹ ਆ ਕੇ ਥ੍ਰੈਟ ਕਰਕੇ ਗਿਆ ਕਿ ਤੇਰਾ ਮੁੰਡਾ ਮਿਆਂਕ ਕਿਡਨੈਪ ਕਰ ਲਿਆ ਜਾਏਗਾ ਜੇ ਕੁਛ ਵੀ ਡਾਕਟਰ ਦੇ ਖਿਲਾਫ ਹੋ ਜਾਂਦਾ। ਕੋਈ ਦੋ ਬੰਦੇ ਆਏ ਸੀਗੇ ਲੰਬੇ ਜਿਹੇ ਬੰਦੇ ਦੋ ਆਏ ਸੀਗੇ ਥਾਣੇ 'ਚ ਜੋ ਉਹਦੇ ਹਸਬੈਂਡ ਨੇ ਕਿਹਾ ਉਹਦੇ ਹਸਬੈਂਡ ਦੇ ਕਹਿਣ ਦੇ ਮੁਤਾਬਿਕ ਕਿ ਦੋ ਬੰਦੇ ਆਏ ਸੀ ਥਾਣੇ ਵਿੱਚ ਉਹ ਧਮਕੀ ਦੇ ਕੇ ਗਏ। ਚਿੱਠੀ ਇੱਕ ਉਹਨੇ ਲਿਖ ਕੇ ਦਿੱਤੀ ਹੈ ਉਹਦੀ ਕਾਪੀ ਤੁਹਾਨੂੰ ਹੁਣੇ ਮਿਲ ਜਾਂਦੀ ਹੈ।